ਕਹਿੰਦੇ ਹੁੰਦੇ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਗਾ, ਤੇ ਸ਼ੌਂਕ ਚ ਚਾਹੇ ਆਪਾਂ ਨੂੰ ਕੁਛ ਮਰਜ਼ੀ ਹੋ ਜਾਵੇ, ਪਕਾਉਣਾ ਤਾਂ ਪਕਾਉਣਾ ਹੀ ਆ। ਕਿਸੇ ਬੰਦੇ ਨੂੰ ਸ਼ੌਂਕ ਹੁੰਦਾ ਘੋੜੀਆਂ ਦਾ, ਘੋੜੀਆਂ ਲਈ ਬਹੁਤ ਉਤਸੁਕ ਹੁੰਦਾ, ਕਿਸੇ ਨੂੰ ਸ਼ੌਂਕ ਹੁੰਦਾ ਕੁੱਤਿਆਂ ਦਾ, ਕਿਸੇ ਨੂੰ ਟਰੈਕਟਰਾਂ ਦਾ, ਉਹਨਾਂ 'ਚੋਂ ਇੱਕ ਸ਼ੌਂਕ ਹੋਰ ਵੀ ਹੈਗਾ ਕਬੂਤਰਾਂ ਦਾ। ਸ਼ੌਂਕ ਇਹੋ ਜਿਹਾ ਕਿ ਜਵਾਨੀ ਵੇਲੇ ਦਾ ਸ਼ੌਂਕ ਪਿਆ, ਅੱਜ ਤੋਂ 16 ਸਾਲ, ਜਦੋਂ ਬਾਬਾ ਜੀ ਦੀ ਉਮਰ 16 ਸਾਲ ਸੀ ਨਾ, ਉਦੋਂ ਤੋਂ ਸ਼ੌਂਕ ਪੈ ਗਿਆ, ਅਤੇ ਅੱਜ ਇਹਨਾਂ ਦੀ ਉਮਰ 70 ਸਾਲ ਹੋ ਗਈ, ਅਤੇ ਅੱਜ ਵੀ ਇਹਨਾਂ ਦਾ ਉਸੇ ਸ਼ੌਂਕ ਨੂੰ ਉਸੇ ਤਰ੍ਹਾਂ ਨੂੰ ਹਜੇ ਤੱਕ ਪੂਰਾ ਨਿਭਾਉਂਦੇ ਆ ਇਹ। ਇਹਨਾਂ ਨਾਲ ਮੈਂ ਗੱਲਬਾਤ ਕੀਤੀ ਹੈ, ਕਹਿੰਦੇ ਕਿ ਜਦੋਂ ਕਿਤੇ ਕਬੂਤਰਾਂ ਦੀ ਬਾਜ਼ੀ ਹੋਵੇ ਨਾ, ਤਾਂ ਮੈਨੂੰ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ ਵੀ ਅੱਜ ਤਾਂ ਵਿਆਹ 'ਤੇ ਜਾਣਾ, ਕੱਪੜੇ ਕੁੱਪੜੇ ਪਾ ਕੇ ਟੈਟਕ ਫੈਟ ਹੋ ਕੇ ਜਾਣਾ। ਇੰਨਾ ਸ਼ੌਂਕ ਇੰਨੀ ਉਮਰ ਤੱਕ, ਜਿਹੜੇ ਕਬੂਤਰਾਂ ਦੇ ਵਿੱਚ ਨਹੀਂ ਇੰਟਰਸਟ ਦਿੰਦੇ, ਉਹਨਾਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਵੀ ਕੀ ਆ। ਤੁਸੀਂ ਕਦੇ ਯੂਟਿਊਬ 'ਤੇ ਜਾਂ ਗੂਗਲ 'ਤੇ ਜੰਟਾ ਕਬੂਤਰਾਂ ਨਾਲ ਭਰ ਕੇ ਦੇਖਿਓ, ਤੁਹਾਨੂੰ ਨਿਰੀਆਂ ਹੀ ਵੀਡੀਓਜ਼ ਇਹਨਾਂ ਦੇ ਨਾਮ 'ਤੇ ਸਨਮਾਨਿਤ ਚੀਜ਼ਾਂ ਆ ਜਾਣਗੀਆਂ। ਫਿਰ ਪਤਾ ਲੱਗੂਗਾ ਵੀ ਇਸ ਲਾਈਨ ਦੇ ਵਿੱਚ ਵੀ ਇੱਕ ਅਲੱਗ ਤਰ੍ਹਾਂ ਦਾ ਮਜ਼ਾ ਜਾਂ ਅਲੱਗ ਤਰ੍ਹਾਂ ਦੀ ਇੱਕ ਫੀਲਡ ਆ। ਅੱਜ ਅਸੀਂ ਤੁਹਾਡੀ ਜੋ ਮੁਲਾਕਾਤ ਕਰਾਉਣੀ ਹੈ ਜੰਟਾ ਕਬੂਤਰਾਂ ਆਲਮ ਵਾਲਾ, ਉਹਨਾਂ ਨਾਲ ਕਰਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਆਓ ਤੁਹਾਡੇ ਨਾਲ ਸਾਰੀ ਗੱਲਬਾਤ ਕਰਦੇ ਹਾਂ। ਠੀਕ ਹੈ ਜੀ, ਚਲੋ। ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਅੱਜ। ਤੇ ਅੱਜ ਤੁਹਾਡਾ ਜਿਵੇਂ ਅਸੀਂ ਸਾਰਾ ਦੇਖਿਆ ਹਨਾ, ਕਬੂਤਰ ਤੁਸੀਂ ਇੰਨੇ ਰੱਖੇ ਹੋਏ ਆ। ਹਾਂਜੀ। ਤੇ ਸਪੈਸ਼ਲ ਚਬਾਰਾ ਹੀ ਤੁਸੀਂ ਪਾ ਰੱਖਿਆ ਵੀ ਕਬੂਤਰਾਂ ਵਾਸਤੇ ਹਨਾ। ਹਾਂਜੀ ਹਾਂਜੀ। ਤੇ ਤੁਹਾਡਾ ਕਬੂਤਰਾਂ ਦੀ ਦੁਨੀਆਂ ਦੇ ਵਿੱਚ ਜਿਹੜੇ ਕਬੂਤਰ ਬੰਦੇ ਰੱਖਦੇ ਹਨਾ, ਉਹਨਾਂ ਦੇ ਵਿੱਚ ਬਹੁਤ ਨਾਮ ਆ, ਯਾਨੀ ਕਿ ਬਾਹਰੋਂ ਵੀ ਤੁਹਾਨੂੰ ਬਹੁਤ ਲੋਕ ਜਾਣਦੇ ਹੈਗੇ। ਹਾਂਜੀ ਹਾਂਜੀ, ਬਾਹਰਲੇ ਬਹੁਤ ਫੋਨ ਬਾਹਰੋਂ ਮੁੰਡੇ ਆਏ, ਹੁਣੇ ਟੱਕਰ ਕੇ ਗਏ, ਸਰਾਵਾਂ ਤੋਂ ਆਏ, ਆਪਣੇ ਕੈਨੇਡਾ, ਕੱਲ ਹੀ ਟੱਕਰਿਆ ਸੌਂਕੀ ਬਾਜੀ ਤੇ। ਹਾਂਜੀ, ਬਹੁਤ ਕਰਦੇ ਸਾਰੇ ਨੂੰ। ਤੇ ਤੁਸੀਂ ਮੈਨੂੰ ਸਟਾਰਟਿੰਗ ਦੇ ਵਿੱਚ ਐਂ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਤੁਸੀਂ ਅੱਜ ਤੁਹਾਡੀ ਏਜ ਕਿੰਨੀ ਹੋ ਗਈ ਆ? ਮੈਂ ਅੱਜ ਤੁਹਾਡੀ ਕਿੰਨੀ ਉਮਰ ਹੋ ਗਈ ਹੋਣੀ ਆ? ਅੱਜ ਮੇਰੀ ਘੱਟ 70 ਸਾਲ ਦੀ। 70 ਸਾਲ ਹੋ ਗਏ। ਤੇ ਕਿੰਨੀ ਉਮਰ ਤੋਂ ਤੁਸੀਂ ਲੱਗ ਗਏ ਸੀਗੇ ਵੀ ਮੰਨ ਲਓ ਇਹ? ਅਸੀਂ 16-17 ਸਾਲ ਦੇ ਸੀਗੇ ਜਦੋਂ ਸਕੂਲੋਂ ਭੱਜ ਜਾਂਦੇ ਸੀ, ਕਬੂਤਰ ਰੱਖਣੇ, ਕਰਦੇ ਲੜਦੇ, ਧੋਲਾ ਭੋ ਦੇਣਾ ਆ ਕੇ ਕਬੂਤਰ ਵਾਲੇ ਘਰੇ ਜਾ ਵੜਨਾ। ਇੰਨਾ ਸ਼ੌਂਕ? ਇੰਨਾ ਸ਼ੌਂਕ ਸੀਗਾ ਜੀ, ਬਹੁਤ ਜ਼ਿਆਦਾ ਸ਼ੌਂਕ ਸੀ। ਮੇਰੇ ਚਾਚੇ ਦੇ ਰੱਖੇ ਹੁੰਦੇ ਸੀ ਪਹਿਲਾਂ ਜੀ। ਅੱਛਾ। ਉਦੋਂ ਮੈਨੂੰ ਇਹ ਇੱਕ ਸ਼ੌਂਕ ਪੈ ਗਿਆ। ਤੇ ਜਦੋਂ ਤੁਸੀਂ ਮਤਲਬ ਕਬੂਤਰ ਰੱਖਦੇ ਸੀਗੇ 16-17 ਸਾਲਾਂ ਤੇ ਰੱਖੇ, ਫਿਰ ਉਦੋਂ ਤੇ ਬਾਜ਼ੀਆਂ ਲੜਾਉਣ ਲੱਗ ਗਏ ਤੁਸੀਂ? ਨਹੀਂ ਜੀ, ਉਦੋਂ ਮੈਂ ਦੂਜੇ ਕਬੂਤਰ ਰੱਖੇ ਸੀਗੇ, ਫਲਾਰੇ ਹੁੰਦੇ ਡੱਬੇ ਕਬੂਤਰ ਖੇਡ ਵਾਲੇ, ਉਹ ਰੱਖੇ ਸੀਗੇ। ਠੀਕ ਹੈ। ਉਹਨਾਂ ਦੇ ਵਿੱਚ ਉਦੋਂ ਮੇਰਾ ਇੱਕ ਕਬੂਤਰ ਆ ਗਿਆ ਮੇਰੇ ਕੋਲੇ। ਅੱਛਾ। ਉਹਨੂੰ ਮੈਂ ਮੂੰਗਫਲੀ ਪਾ ਦਿੱਤੀ, ਕਦੇ ਬਦਾਮ ਪਾ ਦਿੱਤੇ, ਮੈਨੂੰ ਸ਼ੌਂਕ ਹੋ ਗਿਆ, ਮੈਂ ਛਤਰੀ ਬਣਾ ਲਈ, ਪਾ ਦੀਆਂ ਛੱਡੀਆਂ ਆਈਆਂ ਜੀ, ਉਹਦੇ ਵਿੱਚ ਗਜਾ ਲਿਆ। ਅੱਛਾ। ਉਹ ਫਿਰ ਅਸੀਂ ਬਾਈ ਛੱਡਿਆ, ਮੈਂ ਪਿੰਡ ਵਾਲੇ ਮੁੰਡਿਆਂ ਨੇ ਅਸੀਂ ਛੋਟੇ ਛੋਟੇ ਛੱਡਤੇ ਉਦੋਂ 10-10 ਰੁਪਈਆਂ ਜੀ ਪਹਿਲਾਂ। ਅੱਛਾ। ਮੈਂ ਇਕੱਲਾ ਹੀ ਜਿੱਤ ਗਿਆ ਉੱਥੇ ਭਰੇਰੀਆਂ ਪਿੰਡ। ਅੱਛਾ, ਤੁਸੀਂ ਸ਼ੁਰੂਆਤ ਦੇ ਵਿੱਚ ਹੈ? ਉਦੋਂ ਕਿੰਨੀ ਉਮਰ ਸੀ ਤੁਹਾਡੀ? 10-10 ਰੁਪਈਆਂ ਦੀ ਬਾਈ ਛੱਡੀ ਜੀ ਪਹਿਲਾਂ। ਅੱਛਾ। ਫਿਰ ਛੱਡੀ 50-50 ਰੁਪਈਆਂ ਦੀ, ਉਦੋਂ ਵੀ ਮੈਂ ਜਿੱਤ ਗਿਆ ਸੀਗਾ, 3 ਅਸੀਂ ਪਿੰਡ ਵਾਲਿਆਂ ਨੇ ਛੱਡੀ ਸੀ। ਅੱਛਾ ਅੱਛਾ ਜੀ। ਉਦੋਂ ਬਾਅਦ ਸ਼ੌਂਕ ਪੈ ਗਿਆ, ਮੁੱਢ 200-500 ਕਾ ਹੋ ਗਿਆ, ਬਹੁਤ ਬਾਜ਼ੀਆਂ ਜਿੱਤੀਆਂ ਜੀ ਉਹਨਾਂ ਟਾਈਮਾਂ ਚ। ਅੱਛਾ, ਉਹਨਾਂ ਟਾਈਮਾਂ? ਹਾਂ, ਬਸ ਮੁੱਢ ਉਦੋਂ 200-300 ਹੁੰਦਾ ਸੀ। ਕਿੰਨਾ ਕੁ ਸੰਨ ਸੀਗਾ, ਕਿਹੜੇ ਸੰਨ ਦੀ ਗੱਲ ਹੋਣੀ? 1900? ਹੁਣ ਤੁਸੀਂ ਆਪੇ ਹਿਸਾਬ ਜਿਹਾ ਲਾ ਲਓ, ਮੈਂ ਉਦੋਂ 15-16 ਸਾਲ ਦਾ ਜਦੋਂ ਦੀ ਗੱਲ ਆ, 70 ਸਾਲ ਦਾ ਹੋ ਗਿਆ। ਅੱਛਾ ਅੱਛਾ, ਮਤਲਬ ਬਹੁਤ 50-60 ਸਾਲ ਨਹੀਂ ਹੋ ਗਏ, 50 ਸਾਲ ਹੀ ਹੋ ਗਏ। ਅੱਛਾ ਅੱਛਾ, ਉਹਨਾਂ ਟਾਈਮਾਂ ਦੀਆਂ ਗੱਲਾਂ ਜੀ, ਉਹਨਾਂ ਟਾਈਮਾਂ ਦੀਆਂ ਗੱਲਾਂ। ਉਹਨਾਂ ਪੈਸਾ ਇਹ ਹੁੰਦਾ ਸੀ, ਬਸ 200-300 ਛੱਡਤਾ, 300 ਛੱਡਤਾ ਪੈਸਾ। ਉਦੋਂ ਤਾਂ ਫਿਰ ਪੈਸਾ ਵੀ ਇੰਨਾ ਵੀ ਬਹੁਤ ਹੁੰਦਾ, ਇੰਨਾ ਹੀ ਉਹਨਾਂ ਟਾਈਮਾਂ 'ਚ ਇੰਨਾ ਹੀ ਬਹੁਤ ਹੁੰਦਾ ਸੀਗਾ। ਉੱਥੇ ਗੱਲ ਆ ਗਈ, ਹੁਣ 700 ਨੂੰ ਗਿਰੀਆਂ ਬਦਾਮ ਲਿਆਉਣੇ, ਉਦੋਂ 50 ਰੁਪਏ ਕਿਲੋ ਲਿਆਉਂਦੇ ਸਾਂ। ਠੀਕ ਹੈ। ਤੇ ਫਿਰ ਤੁਸੀਂ ਮੰਨ ਲਓ ਇਸ ਕਬੂਤਰ ਵਾਲੇ 'ਚ ਪੈ ਗਏ ਹਨਾ, ਤੁਸੀਂ ਤਾਂ ਇੰਨੇ ਮਾਹਰ ਬਣ ਗਏ ਕਿ ਮੈਂ ਤਾਂ ਸੁਣਿਆ ਤੁਹਾਡੇ ਕੋਲੇ ਬਹੁਤ ਦੂਰੋਂ ਬਾਹਰੋਂ ਕੰਟਰੀ ਸਿੱਖਣ ਆਉਂਦੇ ਸੀ। ਹਾਂ, ਬਹੁਤ ਦੂਰੋਂ ਦੂਰੋਂ ਆਉਂਦੇ ਸਿੱਖਣ, ਹੁਣ ਵੀ ਆਉਂਦੇ ਆ, ਪਰ ਮੈਂ ਜ਼ਿਆਦਾ ਇੱਕੋ ਬਣਾਇਆ ਚੇਲਾ ਤੇ ਉਹਨੂੰ ਆਖਿਆ ਸੀਗਾ। ਅੱਛਾ, ਤੁਸੀਂ ਚੇਲਾ ਵੀ ਬਣਾਇਆ ਉਹਨੂੰ, 5-6 ਮੋਟਰਸਾਈਕਲ ਦਵਾ ਦੇ ਹੁਣ ਤੇ ਉਹ। ਅੱਛਾ ਅੱਛਾ ਅੱਛਾ, ਜਦੋਂ ਸਟਾਰਟਿੰਗ ਦੇ ਵਿੱਚ ਤੁਸੀਂ ਚਲੋ ਛੋਟੀਆਂ ਛੋਟੀਆਂ ਬਾਜ਼ੀਆਂ ਤੋਂ ਜਿੱਤਣ ਲੱਗ ਗਏ ਹਨਾ, ਉਦੋਂ ਬਾਅਦ ਤੁਹਾਡਾ ਫਿਰ ਕੋਈ ਉਮਰ, ਵਿਆਹ ਦੀ ਉਮਰ ਆਈ ਹੋਣੀ ਹੈ, ਤੇ ਉਦੋਂ ਵਿਆਹ ਮਤਲਬ ਤੁਹਾਡੇ ਘਰਦਿਆਂ ਨੇ ਨੀ ਕਿਹਾ ਵੀ ਨਹੀਂ ਮੈਨੂੰ ਆਹ ਕਬੂਤਰ ਛੱਡ ਦੇ, ਨਹੀਂ ਤੇਰਾ ਵਿਆਹ ਨੀ ਹੋਣਾ? ਹਾਂ, ਮੈਂ ਕਿਹਾ ਮੈਂ ਕਬੂਤਰ ਨਹੀਂ ਛੱਡਦਾ, ਵਿਆਹ ਭਾਵੇਂ ਨਾ ਹੋਵੇ। ਹਾਂ, ਇਹ ਗੱਲ ਆਪਣੇ ਆਮ ਆ ਜਾਂਦੀ ਹੈ ਨਾ, ਕਹਿ ਦਿੰਦੇ ਆ ਕਿ ਬਈ ਕਬੂਤਰ ਵਾਲਾ ਕਹਿੰਦਾ। ਹਾਂ, ਪਹਿਲਾਂ ਤਾਂ ਹੁਣ ਨੀ ਲੋਕ ਮਾੜਾ ਗਿਣਦੇ ਜੀ, ਪਹਿਲਾਂ ਬਹੁਤ ਮਾੜਾ ਗਿਣਦੇ, ਹੁਣ ਤੈਨੂੰ ਇੱਕ ਸ਼ੌਂਕ ਦੇ, ਹੁਣ ਤਾਂ ਜੀ ਹੁਣ ਤਾਂ ਵੱਡੇ ਕਰਾਉਂਦੀਆਂ, ਕਾਰਾਂ ਤੇ ਜਾਂਦੇ ਆ ਦੂਰ ਦੂਰ ਬਾਜ਼ੀਆਂ,
ਖੁਸ਼ੀ ਤਾਂ ਬਹੁਤ ਹੁੰਦੀ ਹੋਣੀ ਤੁਸੀਂ ਕਹਿੰਦੇ ਹੋਗੇ ਵੀ ਕਿਤੇ ਮੈਂ ਇਸ ਟਾਈਮ ਦੇ ਵਿੱਚ ਆਇਆ ਹੁੰਦਾ। ਹਾਂ ਉਹ ਤਾਂ ਮੈਂ ਹੁਣ ਵੀ ਗੱਲ ਕਰਦਾ ਹੁੰਦਾ ਉਹਨਾਂ ਉਸ ਟਾਈਮ ਚ ਹੁੰਦਾ ਤਾਂ ਆਪਾਂ ਹੁਣ ਪੈਸਿਆਂ ਦਾ ਕੋਠਾ ਭਰ ਲੈਂਦੇ। ਹਾਂ ਵੀ ਉਹ ਲੋਕਾਂ ਦਾ ਸ਼ੌਂਕ ਬਣ ਗਿਆ ਜਿਵੇਂ ਹਨਾ। ਹਾਂਜੀ ਹੁਣ ਮੇਰਾ ਚੇਲਾ ਜੀ ਮੁੰਸ਼ੀ ਉਹਦੇ ਨਾਲ ਜਾਣਾ ਹੁਣ ਹਰੇਕ ਬਾਜੀ ਤੇ। ਹਾਂ ਉਹਨੂੰ ਇੱਕ ਤਰ੍ਹਾਂ ਦਾ ਕੰਮ ਦਾ ਕੰਮ ਸਮਝਣ ਲੱਗ ਗਏ ਹੁਣ ਹਨਾ। ਕੰਮ ਹਾਂਜੀ ਜੋ ਉਹਨੇ ਸਵੇਰੇ ਛੱਡਣੀ ਬਾਜੀ। ਅੱਛਾ ਅੱਛਾ ਬੀਦੋਵਾਲ ਉਹਦੇ ਮੈਂ ਨਾਲ ਜਾਊਂਗਾ ਦੋ ਛੱਡਣੇ ਮੋਟਰਸਾਈਕਲ ਨਾਮ ਦੇਣਾ ਜੀ ਸਿਖੋਰਾ ਕਿਹੜਾ ਜਿੱਤੂਗਾ। ਅੱਛਾ ਜਦੋਂ ਤੁਹਾਡੀ ਮੈਰਿਜ ਹੋਈ ਵਿਆਹ ਕਰਾਇਆ ਹਨਾ ਤੇ ਫਿਰ ਤੁਹਾਡੇ ਬਹੁਤ ਜ਼ੋਰ ਪਾਇਆ ਘਰਦਿਆਂ ਨੇ ਵੀ ਬਾਈ ਤੂੰ ਛੱਡ ਦੇ ਛੱਡ ਦੇ। ਹਾਂ ਬਹੁਤ ਜ਼ੋਰ ਪਾਇਆ ਸੀ ਤੇਰਾ ਵਿਆਹ ਨਹੀਂ ਹੋਣਾ ਇਹ ਨਹੀਂ ਹੋਣਾ। ਤੁਸੀਂ ਆਖਿਆ ਮੈਂ ਤਾਂ ਮੇਰਾ ਤਾਂ ਇਹੀ ਜ਼ਿੰਦਗੀ ਆ। ਹਾਂ ਵੀ ਹੁਣ ਕਬੂਤਰ ਚੋਰੀ ਵੀ ਹੋ ਗਏ ਦੁਬਾਰੀ ਫੇਰ ਨਹੀਂ ਰਿਹਾ ਗਿਆ ਇਹਨਾਂ ਦਾ ਸਰਦਾ ਦੀ ਸ਼ੌਂਕ ਆ ਦਾਣੇ ਪਾਉਣੇ ਪੁੰਨ ਕਰਨਾ ਜੀ ਪਹਿਲਾਂ ਤੋਂ ਸ਼ੌਂਕ। ਮੁੜ ਕੇ ਤੁਹਾਡਾ ਵਿਆਹ ਹੋਣ ਤੋਂ ਬਾਅਦ ਫਿਰ ਤੁਸੀਂ ਇਹ ਮਤਲਬ ਫੇਰ ਵੀ ਅਸੀਂ ਉਵੇਂ ਬਾਜੀਆਂ ਛੱਡਦੇ ਰਹੇ ਹਾਂ ਬਹੁਤ ਬਾਜੀਆਂ ਛੱਡੀਆਂ। ਤੇ ਤੁਸੀਂ ਮਤਲਬ ਸਮਰਪਿਤ ਆਪਦੀ ਸਾਰੀ ਜ਼ਿੰਦਗੀ ਲਗਭਗ ਇਸ ਹਿੱਸੇ ਤੇ ਕਰ ਇਸੇ ਪਵਾ ਦੀ ਜੀ। ਪਹਿਲਾਂ ਤੋਂ ਮੇਰੇ ਪਿਓ ਨੂੰ ਉਹਦੇ ਕੋਲੇ ਸਕੂਲਦਾਰੀ ਮੈਂ ਕਬੂਤਰੀ ਡਾਉਂਦਾ ਸੀ ਕੰਮ ਵੀ ਕਰਦੇ ਕੁਛ। ਹਾਂਜੀ 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 ਭਰਾ ਕਰਦੇ ਤੇ ਉਸ ਤੋਂ ਬਾਅਦ ਮੁੰਡੇ ਕੋਲੇ ਹੋ ਗਈ ਜੀ। ਹਾਂਜੀ ਹਾਂਜੀ ਮੈਂ ਤਾਂ ਫਿਰ ਕਬੂਤਰਾਂ ਨਹੀਂ ਰਿਹਾ ਜੀ ਪਹਿਲਾਂ ਨਹੀਂ ਕੋਈ ਵਾਹੀ ਹੋਈ ਤਾਂ ਕਰ ਜਿਹੜੇ ਤੁਹਾਡੇ ਬੱਚੇ ਆ ਤੁਹਾਡੇ ਪੋਤੇ ਆ ਹਨਾ ਤੇ ਜਾਂ ਤੁਹਾਡੇ ਬੇਟਾ ਹੈਗਾ ਵੀ ਇਹ ਵੀ ਸ਼ੌਂਕ ਰੱਖਦੇ ਇਸ ਚ ਕਿ ਨਹੀਂ। ਨਹੀਂ ਜੀ ਨਹੀਂ ਕੋਈ ਸ਼ੌਂਕ ਨਹੀਂ ਰੱਖਦਾ ਮੁੰਡਾ ਮੇਰਾ ਨਾ ਮੇਰਾ ਪੋਤਰਾ ਰੱਖੇ ਮੇਰੇ ਕੋਲੇ ਆ ਜਾਂਦਾ ਕਬੂਤਰ ਨਹੀਂ ਇਹਦਾ ਗੱਲਾਂ ਕਰ ਜਾਂਦਾ ਤੇ ਚੁਆਰੇ ਗੱਲਾਂ ਕਰ ਜਾਂਦਾ। ਸ਼ੌਂਕ ਨਹੀਂ ਇੰਨਾ ਜਮਾ ਜਿੰਨਾ ਤੇ ਮੈਂ ਰੱਖੇ ਨੀ ਕਿਸੇ ਨੇ ਰੱਖਣੇ ਮੁੜ ਕੇ ਇੱਥੇ। ਹਾਂ ਠੀਕ ਹੈ ਤੇ ਐ ਤਾਂ ਐਪਰੀਸ਼ੀਏਟ ਤਾਂ ਤੁਹਾਨੂੰ ਕਰਦੇ ਹੋਣੇ ਵੀ ਬਾਪੂ ਤੁਹਾਡਾ ਬਹੁਤ ਨਾਮ ਹੈਗਾ ਜਿਵੇਂ ਮਤਲਬ ਐਵੇਂ ਤਾਂ ਕਰਦੇ ਹੀ ਹੋਣੇ ਆ। ਹਾਂ ਹਾਂ ਐਂ ਤਾਂ ਦੇਦੇ ਲੈਂਦੇ ਆ ਸਾਰਾ ਲੱਖੀ ਵੇਦਾ ਰਹਿੰਦਾ ਇੰਟਰਵਿਊ ਸਾਰਾ ਵੀ ਨਾਮ ਦਿੰਦੇ ਆ। ਫਿਰ ਹੁਣ ਤਾਂ ਕੱਪ ਦੇ ਉੱਧਰ ਵਗਾੜੇ ਸੀਗੇ ਸਾਰੇ ਥੱਲੇ ਥੁੱਲੇ ਪਏ ਆ ਕੱਪਾਂ ਦੇ ਢੇਰ ਲਾਏ ਪਏ ਸੀ ਮੈਂ ਤਾਂ। ਅੱਛਾ ਤੁਸੀਂ ਐਂ ਦੱਸੋ ਵੀ ਤੁਸੀਂ ਕਿਹੜੇ ਕਿੰਨੇ ਕੁ ਅੱਜ ਤੱਕ ਤੁਸੀਂ ਨਾਮ ਵਗੈਰਾ ਕਿਹੜੇ ਕਿਹੜੇ ਕਿੰਨੇ ਕਿੰਨੇ ਜਿੱਤੇ ਤੁਸੀਂ? ਨਾਮ ਤਾਂ ਜੀ ਬਹੁਤ ਹੀ ਜਿੱਤੀਆਂ ਜੀ। ਹੁਣ ਇੱਕ ਕਬੂਤਰੀ ਛੱਡੀ ਮੈਂ ਰਹਿ ਕੇ ਗਲਾਂ। ਅੱਛਾ ਜੀ ਉਹਨਾਂ ਟਾਈਮਾਂ 300 ਮੁੱਢ ਸੀਗਾ ਕੱਢੀ ਰਹਿ ਗਈ। ਅੱਛਾ ਦਲਜੀਤ ਰਹਿ ਕੇ ਗਲਾਂ ਨੇ ਮੈਨੂੰ ਛੇੜ ਜੀ ਦਿੱਤੀ ਉਹਨਾਂ ਟਾਈਮਾਂ 'ਚ ਤੇ ਉਹਦੇ ਬਾਅਦ ਮੈਂ ਉਹੀ ਕਬੂਤਰੀ ਫੇਰ ਛੱਡਤੀ ਔਰ ਖਰਾਣੇ ਉੱਥੇ ਫੇਰ ਇੱਕ ਨਾ ਵੰਡੀ ਮੈਂ ਮੇਰੀ 600 ਜੀ 300 'ਚ ਸੀ ਦਿਨ 'ਚ ਪਾ ਗਏ ਉਹੀ ਕਬੂਤਰੀ ਮੈਂ ਛੱਡਤੀ ਚੁੱਗੇ ਉੱਥੇ ਫੇਰ ਬਹੁਤ ਚੰਗੀ ਉੱਡੀ। ਅੱਛਾ ਤੇ ਹੁਣ ਤੁਹਾਨੂੰ ਸਪੈਸ਼ਲ ਸਾਦੇ ਵੀ ਹਨਾ ਅਲੱਗ ਅਲੱਗ ਥਾਵਾਂ ਤੇ ਵੀ ਇਹ ਜਨਤਾ ਕਬੂਤਰਾਂ ਜੀ ਲੈ ਵੀ ਇਹ ਤੇ ਸਪੈਸ਼ਲ ਸਨਮਾਨ ਤੇ ਸਾਦੇ ਵੀ ਆ ਸਾਦੇ ਆ ਜੀ ਮੈਂ ਹਰੇਕ ਬਾਈ ਤੁਹਾਨੂੰ ਕੁੱਪ ਬਾਈ ਉੱਥੇ ਸੱਦਿਆ ਹੁਣ ਮੈਨੂੰ। ਹਾਂ 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 ਇੱਧਰ ਬਾਈ ਸੀਗੀ ਅੰਬਾਲੇ ਕੋਲੇ ਉਹਨਾਂ ਨੇ ਸੱਦਿਆ ਰਾਜ ਸਟੇਲ ਕਹਿੰਦੇ ਨੇ ਛਾਪ ਪਾਈ ਆ। ਅੱਛਾ ਅੱਛਾ ਸਾਦੇ ਕੀ ਸਪੈਸ਼ਲ ਇਹ ਵਾਲੀ ਛਾਪ ਪਾਈ। ਹਾਂ ਛਾਪ ਪਾਈ ਰਾਜ ਸਟੇਲ ਕਹਿੰਦੇ। ਅੱਛਾ ਉਹਨੇ ਵੀ ਫਿਰ ਬਾਈ ਜਿਹੜੀ ਟਰੈਕਟਰ ਨਾਮ ਰੱਖਣਾ ਉਹਨੇ ਮੈਨੂੰ ਫਿਰ ਸੱਦਿਆ ਜ਼ਰੂਰ ਆਈ। ਅੱਛਾ ਤੇ ਹੁਣ ਤੁਸੀਂ ਦੱਸੋ ਵੀ ਜਿਹੜਾ ਤੁਸੀਂ ਆਖਿਆ ਸੀ ਵੀ ਸਾਡੇ ਕੋਲੇ ਤੁਹਾਡੇ ਕੋਲੇ ਬਹੁਤ ਵਧੀਆ ਕਬੂਤਰ ਸੀਗੇ ਹਨਾ ਤੇ ਉਹ ਤੁਹਾਡੇ ਕਬੂਤਰ ਅੱਜ ਤੋਂ ਕਿੰਨੇ ਸਾਲ ਪਹਿਲਾਂ ਚੋਰੀ ਕਰ ਲਏ ਸੀਗੇ? ਇੱਕ ਵਾਰ ਪਹਿਲਾਂ ਹੋ ਗਏ ਹੋਣੇ 16-17 ਸਾਲ ਉਦੋਂ ਹੋਏ ਸੀ। ਅੱਛਾ ਉਦੋਂ ਚੋਰੀ ਕਰ ਲਏ ਫਿਰ ਮੈਂ ਫਿਰ ਚੰਗੇ ਬਣਾ ਲਏ ਯਾਰ ਬੇਦੇ ਉਹਨੂੰ ਲਿਆ ਕੇ। ਹਾਂ 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 ਉਦੋਂ ਕਈ ਸਾਲ ਮਗਰੋਂ ਫਿਰ ਦੁਬਾਰੇ ਸਾਰੇ ਹੀ ਫਿਰ ਕੋਈ ਕੱਢ ਕੇ ਲੈ ਗਿਆ ਜਿੰਦਰੇ ਭੰਨ ਕੇ ਰਾਤ ਨੂੰ ਭੰਨ ਕੇ ਲੈ ਗਏ ਹਨਾ ਪਰ ਜਿਹੜੇ ਕਬੂਤਰਾਂ ਦੀ ਕੋਈ ਪਛਾਣ ਨਹੀਂ ਹੋ ਪਾਈ ਬਾਅਦ ਚ ਫਿਰ ਉਹ ਦੂਰ ਹੀ ਗਏ ਜੀ ਪਛਾਣ ਤਾਂ ਅਜੇ ਨੇੜੇ ਹੁਣ ਤਾਂ ਉਹ ਦੂਰ ਹੀ ਗਏ ਕਿਤੇ। ਅੱਛਾ ਦੂਰ ਚਲੇ ਗਏ ਤੇ ਉਹ ਕਬੂਤਰ ਤੁਸੀਂ ਕਿਵੇਂ ਪਾਲੇ ਮਤਲਬ ਕਿਸ ਤਰ੍ਹਾਂ ਪਾਲੇ ਸੀਗੇ ਵੀ ਇੰਨੀਆਂ ਬਾਜੀਆਂ ਜਿੱਤਦੇ ਸੀ ਜਿਹੜਾ ਜਿੱਥੇ ਤੁਹਾਡਾ ਨਾਮ ਬਣ ਗਿਆ ਹਨਾ ਵੀ ਉਹ ਕਬੂਤਰੀ ਬਾਲੇ ਚੰਗੇ ਸੀ ਜਿਹੜੇ ਮਰਜੀ ਬਲਾਂ ਪਾਉਣ ਲੱਗੇ ਸਾਰੇ ਉੱਡ ਪੈਂਦੇ ਸੀ। ਅੱਛਾ ਉਹ ਉਹੀ ਕਬੂਤਰਾਂ ਨੇ ਤੁਹਾਡਾ ਇੰਨੇ ਲੈਵਲ ਤੱਕ ਤੁਹਾਨੂੰ ਨਾਮ ਉਹਨਾਂ ਨੇ ਮੇਰਾ ਨਾਮ ਬਣਾਇਆ ਜੀ ਉਹ ਕਬੂਤਰਾਂ ਨੇ ਭੁਪਿੰਦਰ ਜੀ ਉਹਨਾਂ ਨੇ ਆਪਣੇ ਪਿੰਡ ਵਾਲਾ। ਅੱਛਾ ਉਹ ਨਾਲ ਹੁੰਦਾ ਸੀ ਮੇਰੇ ਉਹਨੂੰ ਹੁਣ ਵੀ ਕਿਸੇ 22 ਸਾਲ ਹੋ ਗਏ ਮੇਰੇ ਨੂੰ। ਅੱਛਾ ਉਹ ਦੋਵਾਂ ਦੇ ਪਹਿਲਾਂ ਇਕੱਠੇ ਛੱਡ ਦਿੰਦੇ ਫਿਰ ਮੈਂ ਇਕੱਲਾ ਛੱਡਣ ਲੱਗ ਗਿਆ ਉਹਦੀ ਮੌਤ ਹੋ ਗਈ। ਅੱਛਾ ਅੱਛਾ ਫਿਰ ਆਪਣੇ ਮੰਦਰ ਹੁੰਦਾ ਸੀਗਾ ਠੀਕ ਹੈ ਸ਼ਿਵਰਾਜ ਦਾ ਡੈਡੀ ਸ਼ਿਵਰਾਜ ਮੇਰੇ ਨਾਲ ਜਾਵੜ ਦਾ ਬਾਜੀ ਦੇ ਸ਼ਿਵਰ ਡੈਡੀ ਉਹਦੇ ਗੁਜ਼ਰ ਗਿਆ ਸੀਗਾ ਜੀ। ਠੀਕ ਹੈ ਜੀ ਤੇ ਉਹਨਾਂ ਕਬੂਤਰਾਂ ਨੇ ਤੁਹਾਡਾ ਉਹ ਕਰਾਇਆ ਹਨਾ। ਹਾਂਜੀ ਹਾਂਜੀ ਤੇ ਉਦੋਂ ਬਾਅਦ ਮਸ਼ਹੂਰ ਹੋਏ ਜੀ ਆਪਣੇ ਕਬੂਤਰਾਂ ਵੀ ਲੋਕਾਂ ਕੋਲੇ ਕਾਲੇ ਖੰਭਾਂ ਵਾਲੇ। ਅੱਛਾ ਕਾਲੇ ਜ਼ਿਆਦਾ ਪੂੰਜੇ ਖੰਭ ਵਾਲੇ ਮਸ਼ਹੂਰ ਸੀਗੇ ਹੁਣ ਹਰੇਕ ਆ ਮੇਰੇ ਕੋਲੇ ਮਗਰ ਨਹੀਂ ਹੈ ਨੀ ਉਹ। ਅੱਛਾ ਠੀਕ ਹੈ ਉਹ ਐਂ ਵਿੱਚ ਹੀ ਜਾਂਦੇ ਐਂ ਬਣਾ ਬਣਾ ਜੰਟੇ ਵਾਲੇ ਜੰਟੇ ਵਾਲੇ ਜਿਵੇਂ ਹੁਣ ਅੱਜ ਕੱਲ੍ਹ ਮੁੰਡੇ ਚਲੋ ਕਬੂਤਰ ਦਾ ਸ਼ੌਂਕ ਬਹੁਤ ਲੋਕ ਪਾਲਦੇ ਆ ਹਨਾ ਜਾਂ ਬਾਹਰਲੇ ਪਾਲਦੇ ਆ ਵੀ ਉਹਨਾਂ ਨੂੰ ਤੁਸੀਂ ਤੁਹਾਡੇ ਜਿਹੜਾ ਤਜਰਬਾ ਹਨਾ ਵੀ ਉਹਨਾਂ ਨੂੰ ਕੀ ਖਵਾਉਣਾ ਚਾਹੀਦਾ ਜਾਂ ਮੰਨ ਲਓ ਉਹਨਾਂ ਦਾ ਸਟੈਮੀਨਾ ਵਧੇ ਕਿਉਂਕਿ ਗਰਮੀ ਦੇ ਵਿੱਚ ਵੀ ਉੱਡ ਆਪਾਂ ਨੂੰ ਪਤਾ ਵੀ ਗਰਮੀ ਪੂਰੀ ਜਦੋਂ ਗਰਮੀ ਹੁੰਦੀ ਆ ਉਦੋਂ ਤਾਂ ਉੱਡਦੇ ਆ ਉਹ ਹਨਾ ਤੇ ਉਹਨਾਂ ਦਾ ਸਟੈਮੀਨਾ ਹੁੰਦਾ ਸਾਹ ਪੱਕਦਾ ਵੀ ਉਹੋ ਜਿਹਾ ਕੀ ਖਵਾਉਣਾ ਪੈਂਦਾ ਕਿ ਉਹ ਜਿਹੜੀ ਡੋਲੀ ਸਾਰਿਆਂ ਦੇ ਪਾਣੀ ਬਣਾਏ ਆ ਜੀ। ਅੱਛਾ ਠੰਡੀਆਂ ਚੀਜ਼ਾਂ ਪਾ ਕੇ ਜਿਵੇਂ
ਅੱਛਾ ਆਪਦਾ ਆਪਦੀ ਗੁਰਮੰਤਰ ਹੁੰਦਾ ਇਹ? ਹਾਂਜੀ ਹਾਂਜੀ, ਆਪਦਾ ਹਰੇਕ ਆਪਦਾ ਪਾਣੀ ਬਣਾਉਂਦਾ ਹੈ। ਅੱਛਾ, ਉਹ ਫਿਰ ਕੋਈ ਆਪਦਾ ਬਣਾਉਂਦਾ, ਠੰਡੀਆਂ ਚੀਜ਼ਾਂ ਪਾਉਂਦਾ, ਕੋਈ ਕਿਵੇਂ ਬਣਾਉਂਦਾ। ਅੱਛਾ, ਇਹ ਖਵਾਉਣ ਪਿਆਉਣਾ ਹੀ ਕਬੂਤਰਾਂ ਦਾ ਵਾਧਾ ਫਿਰ ਇਹ ਮਤਲਬ? ਹਾਂਜੀ ਹਾਂਜੀ, ਖੁਰਾਕ ਪਹਿਲਾਂ ਪਾਲਦੇ ਆਪਾਂ, ਮੱਖਣੀ ਮੂਹਣੀ ਚਾਰ ਦੇ ਸਿਆਲ ਚ, ਹੁਣ ਬਦਾਮ ਪਾਉਂਦੇ ਆ। ਅੱਛਾ, ਪੁੱਤਰਾਂ ਵਾਂਗੂ ਪਾ? ਹਾਂਜੀ ਹਾਂਜੀ, ਆਪਦੇ ਪੁੱਤ ਨੂੰ ਬਦਾਮ, ਆਹ ਬਦਾਮ ਵੀ ਭਿਉਂਦੇ ਪਏ? ਹਾਂਜੀ ਹਾਂਜੀ, ਆ ਗਲਾਸ ਭਰਿਆ ਪਿਆ, ਕਬੂਤਰ ਉੱਡੇ ਫਿਰ ਕੇ ਉਹਨਾਂ ਨੂੰ ਪਾਵਾਂਗੇ। ਆਪ ਵੀ ਫਿਰ ਤੁਸੀਂ ਖਾ ਕੇ ਤੰਦਰੁਸਤ ਰਹਿੰਦੇ ਹੋ? ਨਹੀਂ ਨਹੀਂ, ਆਪ ਨੇ ਇੱਕ ਵੀ ਨੀ ਖਾਧਾ ਜੀ ਕਦੇ, ਤੇ ਖਾ ਲਿਆ ਕਰੋ ਫਿਰ। ਨਹੀਂ ਜੀ ਨਹੀਂ, ਆਪ ਨੂੰ ਹੋਰ ਖਾਣ ਥੋੜੀਆਂ ਚੀਜ਼ਾਂ ਇਹਨਾਂ ਵਾਸਤੇ ਹੈ ਜੀ। ਅੱਛਾ, ਇੰਨਾ ਪਿਆਰ ਨਾਲ ਤੁਸੀਂ ਪਾ ਰਹੇ? ਇੱਕ ਬਦਾਮ ਨਹੀਂ ਜੀ ਦਿੰਦੇ ਇੱਥੇ ਕਿਸੇ ਨੂੰ ਵੀ। ਅੱਛਾ, ਇਹਨਾਂ ਨੂੰ ਪਾਉਣੇ ਆ ਤੇ ਇਹ ਗਲਾਸ ਦਾ ਸਾਰਾ ਗਲਾਸ ਪੇ ਕਰ ਦੋਗੇ? ਹਾਂਜੀ, ਉੱਡੇ ਫਿਰ ਦੇ ਕਬੂਤਰ ਪੰਜ ਸੱਤ ਉਹਨਾਂ ਨੂੰ ਚਾਰਨੇ ਜੀ ਆਇਆਂ ਨੂੰ। ਅੱਛਾ ਅੱਛਾ, ਤੇ ਬਹੁਤ ਖੁਸ਼ੀ ਹੋਈ ਬਾਪੂ ਜੀ ਤੁਹਾਡੇ ਨਾਲ ਮਿਲ ਕੇ, ਸਾਰੇ ਪਿੰਡ ਦੇ ਮੁੰਡੇ ਤੁਸੀਂ ਵਧੀਆ। ਹਾਂ, ਤੇ ਤੁਹਾਡਾ ਤੁਹਾਡੇ ਨਾਲ ਗੱਲਬਾਤ ਕਰਕੇ ਵਧੀਆ ਲੱਗੀ। ਹੋਰ ਜਿਹੜੇ ਨਵੇਂ ਮੁੰਡੇ ਆਉਂਦੇ ਜਾਂ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ? ਉਹਨਾਂ ਨੂੰ ਇਹ ਜਾਣਦੇ ਆ ਜੀ, ਇਹ ਕਬੂਤਰਾਂ ਦਾ ਸ਼ੌਂਕ ਬਹੁਤ ਵਧੀਆ ਹੈ, ਤੁਸੀਂ ਆ ਬਚੋ, ਚਿੱਟੇ ਤੋਂ, ਨਸ਼ੇ ਤੋਂ ਬਚੋ। ਜਿਹੜੇ ਮੁੰਡਿਆਂ ਨੇ ਕਬੂਤਰ ਰੱਖ ਲਏ, ਇਸ ਕੰਮ ਚ ਨੀ ਪੈਂਦੇ ਜੀ। ਹਾਂਜੀ ਹਾਂਜੀ, ਉਹ ਇਹਨਾਂ ਦੇ ਲਾਲਚ ਹੀ ਲੱਗੇ ਰਹਿੰਦੇ, ਬਦਾਮ ਪਾ ਲਿਆ, ਉਹ ਕਰ ਲਿਆ, ਨਸ਼ੇ ਵੀ ਇੱਕ ਤਰ੍ਹਾਂ ਦਾ ਕੰਮ ਵੀ ਬਣ ਗਿਆ ਹੈ, ਹਨਾ ਵੀ ਲੋਕ ਬਾਜ਼ੀਆਂ ਜਿੱਤਦੇ ਆ ਬਹੁਤ ਜ਼ਿਆਦਾ ਬਾਜ਼ੀਆਂ ਜੀ। ਹੁਣ ਤਾਂ ਥਾਂ ਥਾਂ ਮੋਟਰਸਾਈਕਲ ਹੈ, ਫਰਿੱਜ ਹੈ, ਹਾਂ ਹੁਣ ਟਰੈਕਟਰ ਜੋਗਿਆਂ ਨੇ, ਖਿੜਕੀਆਂ ਵਾਲੇ ਟਰੈਕਟਰ ਹੈ, ਬਰਕੰਦੀ ਟਰੈਕਟਰ ਹੈ। ਹਾਂਜੀ, ਕਈ ਸਾਰੇ ਟਰੈਕਟਰ ਨਾਮ ਦੇਣੇ ਹੈ, ਮਾਮੂਆਂ ਨੇ ਟਰੈਕਟਰ ਹੈ ਜੀ। ਹਾਂ ਹਾਂ ਹਾਂ, ਤੇ ਹੋਰ ਤੁਹਾਨੂੰ ਹੋਰ ਤੁਹਾਡੇ ਦਰਸ਼ਕਾਂ ਨੂੰ ਤੁਸੀਂ ਕੁਛ ਦੱਸਣਾ ਚਾਹੁੰਦੇ ਹੋ? ਨਹੀਂ, ਆਹੀ ਦੱਸਦੇ ਆ ਜੀ, ਬੜੀ ਖੁਸ਼ੀ ਹੈ ਕਬੂਤਰ ਵਾਲਿਆਂ ਦਾ, ਜਾ ਕੇ ਬੜਾ ਚਾਹ ਹੁੰਦਾ ਜੋ ਜਾਂਦੇ ਬਾਜੀ ਵੀ ਟੱਕਰਾਂਗੇ ਆਪਾਂ, ਜੋ ਪਹਿਲੀ ਬਾਜੀ ਛੱਡਦੇ ਇੱਕ ਦੂਜੇ ਨੂੰ, ਬੜਾ ਚਾਹ ਹੁੰਦਾ ਵੀ ਟੱਕਰਾਂਗੇ, ਵਿਸਾਖੀ ਨੂੰ ਆਊਗੀ ਬਾਜੀ, ਫਲਾਣੇ ਸਾਨੂੰ ਆਊਗੀ। ਹਾਂਜੀ ਹਾਂਜੀ, ਤੇ ਕਈ ਵਾਰੀ ਤੁਸੀਂ ਹੁਣ ਜਿਵੇਂ ਤੁਸੀਂ ਜਾਣਦੇ ਤੁਹਾਡੀ ਏਜ ਦੇ, ਕਿਉਂਕਿ ਜ਼ਿਆਦਾ ਤਾਂ ਮੁੰਡੇ ਮੈਨੂੰ ਲੱਗਦਾ ਮੱਧ ਉਮਰ ਦੇ ਹੋਣੇ ਆ ਜਾਂ ਛੋਟੀ ਜਿਹਦੇ, ਕਿ ਤੁਹਾਡੀ ਵੱਡੀ ਉਮਰ ਦਾ ਪੰਜ ਸੱਤ ਬੰਦੇ ਰਹਿ ਗਏ? ਹਾਂ, ਉਹੀ ਹੈ ਵੀ ਤੁਸੀਂ ਕਹਿਣਾ ਸਰਦੂਲ ਹੈ, ਪੈਂਚਾ ਲਾਲ ਬਾਈ, ਘੜੀਆਂ ਕਰਦੇ, ਉਹਨਾਂ ਨੇ ਵੀ ਤੁਹਾਡੇ ਵਾਂਗੂ ਐਵੇਂ ਰੱਖੇ ਵਾ? ਹਾਂਜੀ ਹਾਂਜੀ, ਸਾਡੇ ਵਾਂਗੂ, ਉਹਨਾਂ ਨੂੰ ਬਹੁਤ ਸ਼ੌਂਕ ਹੈ ਸਰਪੰਚ ਲਾਲ ਬਾਈ ਨੂੰ, ਬਹੁਤ ਸ਼ੌਂਕ ਹੈ ਸਰਦੂਲ ਔਰ ਟਰਾਂ ਦਾ। ਅੱਛਾ, ਫਿਰ ਤੁਸੀਂ ਇਕੱਠੇ ਹੀ ਜਾਂਦੇ ਆ? ਇਕੱਠੇ ਹੋ ਹੀ ਜਾਂਦੇ, ਹਰੇਕ ਬਾਜੀ ਤਕਰੀਬਨ ਇਕੱਠੇ ਜੀ। ਹਾਂ, ਹੁਣ ਕੱਲ ਨੂੰ ਬਾਈ ਛੱਡਣੀ ਹੈ ਜੀ, ਵੀ ਦੋ ਬਾਲ ਸਾਰੇ ਇਕੱਠੇ ਹੋਵਾਂਗੇ। ਤੇ ਹੁਣ ਜਿਵੇਂ ਤੁਸੀਂ ਬਾਜੀਆਂ ਤੇ ਜਾਂਦੇ ਆ ਹਨਾ, ਤੇ ਉਦੋਂ ਦੇਖਣ ਦੁੱਖਣ ਦੀ ਪ੍ਰੋਬਲਮ ਆਉਣੀ, ਏਜ ਤੁਹਾਡੀ ਇੰਨੀ ਹੋ ਗਈ, ਦੇਖਣ ਦੁੱਖਣ ਦੀ ਪ੍ਰੋਬਲਮ ਆਉਂਦੀ ਹੈ? ਆਉਂਦੀ ਹੈ ਜੀ, ਹੁਣ ਨਿਗਾਹ ਬਣਾਈ ਦਾ ਹੈ, ਪਰ ਉਹ ਗੱਲ ਤਾਂ ਹੈ ਨੀ, ਨਹੀਂ ਦੀ ਦੇ ਬੜੇ ਉੱਚੇ। ਹਾਂ, ਫਿਰ ਨਾਲ ਦਾ ਮੁੰਡਾ ਮੁੰਡਾ ਦੱਸ ਦਿੰਦਾ ਜੀ ਆਪਣਾ ਹੈਗਾ ਉੱਚਾ, ਆਪਣਾ ਫਿਰਦਾ। ਅੱਛਾ ਅੱਛਾ, ਤੁਸੀਂ ਮੈਨੂੰ ਇੱਕ ਹੋਰ ਗੱਲ ਦੱਸੋ, ਜਿਵੇਂ ਹੁਣ ਤੁਸੀਂ ਬਾਜ਼ੀਆਂ 'ਚ ਜਾਂਦੇ ਦੇਖਦੇ ਆ ਨਾ, ਹਾਂਜੀ, ਤੇ ਤੁਹਾਨੂੰ ਅੰਦਰੋਂ ਹੀ ਇੱਕ ਫੀਲਿੰਗ ਵਧੀਆ ਲੱਗਦਾ ਦੇਖ ਕੇ ਵੀ ਹਾਂ ਬਈ, ਕਿ ਜਿਵੇਂ ਆਪਾਂ ਕਿਸੇ ਨੂੰ ਸ਼ੌਂਕ ਹੁੰਦਾ ਜੀ, ਐਂ ਵਧੀਆ ਲੱਗਦਾ ਜਿਵੇਂ ਵਿਆਹ ਜਾਂਦੇ ਹੁੰਦੇ, ਐਂ ਲੱਗਦਾ ਜੀ ਸਵੇਰੇ ਬਾਜ਼ੀ 'ਤੇ ਜਾਵਾਂਗੇ, ਪਹਿਲਾਂ ਹੀ ਪੂਣੀ ਕਰਾ ਲਈ, ਲੀੜੇ ਪਾ ਲਏ, ਤੁਹਾਨੂੰ ਨਹੀਂ ਜਾਣਾ, ਤੜਕੇ ਖੁਸ਼ੀ ਹੁੰਦੀ, ਇੰਨੀ ਖੁਸ਼ੀ ਹੁੰਦੀ ਆ। ਹਾਂ, ਕਬੂਤਰਾਂ ਨੂੰ, ਕਬੂਤਰਾਂ ਨੂੰ ਜਦੋਂ ਤੁਸੀਂ ਦੇਖਦੇ ਆ ਉਦੋਂ ਦੇਖਣ ਤੇ ਵੀ ਖੁਸ਼ੀ ਹੁੰਦੀ ਆ? ਹਾਂ ਹਾਂ, ਅੱਛਾ, ਖੁਸ਼ੀ ਹੁੰਦੀ, ਰਹਿੰਦੇ ਆ ਵੀ ਆਪਾਂ, ਸਾਡਾ ਆਪਣਾ ਚੰਗਾ ਉੱਡਿਆ। ਹੁਣ ਤੁਹਾਡੇ ਕੋਲ ਕਿੰਨੇ ਕਬੂਤਰ ਆ? ਹੁਣ ਮੇਰੇ ਕੋਲ ਹੋਣਗੇ 60 ਕਬੂਤਰ ਹੋਣਗੇ, ਇਹਦੀ ਬਿਮਾਰੀ ਪੈ ਗਈ ਸੀ, ਅੰਨੇ ਹੋ ਕੇ ਮਰ ਗਏ ਕਬੂਤਰ 70-80। ਅੱਛਾ, ਪਰ ਮੈਂ ਫਿਰ ਬਹੁਤ ਚੰਗੇ ਬਣਾ ਲਏ। ਇਹ ਬਿਮਾਰੀਆਂ ਕਿਵੇਂ ਲੱਗ ਜਾਂਦੀਆਂ ਕਬੂਤਰਾਂ? ਇਹਨਾਂ ਨੂੰ ਬਿਮਾਰੀਆਂ ਜੀ ਧੌਣਕ ਘਾਉਣ ਵਾਲੀ ਪੈਂਦੀ ਆ ਹੁਣ। ਅੱਛਾ, ਇੱਕ ਆ ਹੁਣ ਨਵੀਂ ਬਿਮਾਰੀ, ਇਹਨੇ ਹੀ ਹੋਈ, ਇਹਨਾਂ ਤੋਂ ਦਾਣੇ ਨਹੀਂ ਖਾਈਦੇ, ਉਹ ਤਾਂ ਮਰ ਗਏ ਸਾਰੇ। ਅੱਛਾ, ਬਸ ਬਚ ਗਏ ਜਿਹੜੇ ਧੌਣਕ ਘਾਉਂਦੇ ਸੀ। ਅੱਛਾ, ਤੋਂ ਯਾਰ ਬੇਲੀ ਫਿਰ ਜਗੇ ਵਾਲਾ ਮੁੰਡਾ ਛੱਡ ਗਿਆ। ਅੱਛਾ, ਯਾਰ ਮਿੱਤਰ ਆਪਣੇ ਸਕੂਲ ਇਕੱਠੇ ਪੜ੍ਹਦੇ ਰਹੇ, ਹੁਣ ਜਗੇ ਰਹਿੰਦਾ ਸਹੁਰੀ ਢੇਰੀ ਤੇ। ਅੱਛਾ ਅੱਛਾ, ਇੱਕ ਮੁੰਡਾ ਮੂਸੀ ਮੂਲਿਆ ਨੀ, ਉਹਦੇ ਛੱਡ ਜਾਂਦਾ ਆਪਣਾ ਚੇਲਾ ਜੀ ਹੈ ਬਹੁਤ। ਠੀਕ ਆ ਠੀਕ, ਇਹਦੇ ਨਾਲ ਹਰੇਕ ਬਾਜੀ ਤੇ ਜਾਂਦਾ, ਤੜਕੇ ਵੀ ਜਾਊਂ ਘਰ ਤੇ ਨਹੀਂ। ਅੱਛਾ, ਇਹਨੂੰ ਲੈ ਜਾਂਦਾ ਛੱਡ ਜਾਂਦਾ ਜੀ। ਠੀਕ ਹੈ ਜੀ, ਤੇ ਮਤਲਬ ਇੰਨੇ ਪੂਰਾ ਪ੍ਰੋਪਰ ਵੇ ਨਾਲ ਵਧੀਆ ਚੱਲਦਾ ਤੁਹਾਡਾ? ਹਾਂਜੀ ਹਾਂਜੀ, ਮਸਾਂ ਐ ਸਾਰਾ ਸਿਆਲ ਢੱਕਦਾ, ਮਸਾਂ ਆਣੇ ਕਦੋਂ ਬਾਜੀਆਂ ਹੋਣ? ਅੱਛਾ, ਤੂੰ ਇਹ ਸਿਆਲ ਦੇ ਵਿੱਚ ਮਤਲਬ ਬਾਜੀ? ਸਿਆਲ 'ਚ ਨਹੀਂ, ਸਿਆਲ 'ਤੇ ਬਹਿੰਦੇ ਨੀ, ਗਵਾਚ ਜਾਂਦੇ ਜੀ ਰਾਤ ਨੂੰ। ਅੱਛਾ, ਪਤਾ ਨਹੀਂ, ਅੱਜ ਕੱਲ੍ਹ ਹੀ ਸੂਤ ਆਉਂਦੇ ਜਦੋਂ ਫੁੜਕ ਫੁੜਕ ਡਿੱਗਦੇ ਆ। ਹਾਂ, ਤੇ ਇਹ ਜਿਹੜੇ ਹੁਣ ਮਤਲਬ ਕਬੂਤਰ ਵੇਚ, ਬਿਜ਼ਨਸ ਵੀ ਚੱਲਦਾ, ਵੀ ਵੇਖਦੇ ਵੀ ਇਹ? ਹਾਂਜੀ ਹਾਂਜੀ, ਬੜੇ ਵੇਖਦੇ, ਬਹੁਤ ਲੋਕ ਵੇਚਦੇ ਆ ਜੀ। ਤੇ ਕਿੰਨਾ ਮਹਿੰਗੇ ਤੋਂ ਮਹਿੰਗਾ ਅੱਜ ਤੱਕ ਦਾ ਕਬੂਤਰ ਵਿਕਿਆ? ਮਹਿੰਗੇ ਤੋਂ ਮਹਿੰਗਾ ਜੀ ਪੂਰੀ ਨੇ ਵੇਚਿਆ 70,000 ਦਾ ਕਬੂਤਰ। ਅੱਛਾ, 70,000 ਦਾ? ਅੱਛਾ ਅੱਛਾ, ਲੱਖ ਦੀ ਜੋੜੀ ਵੇਚੀ ਹੈ ਉਹਨੇ। ਅੱਛਾ, ਇੰਨੀ ਮਹਿੰਗੀ ਵੀ ਹੁੰਦੀ ਹੈ ਜੋੜੀ? ਹਾਂ ਹਾਂ ਹਾਂ, ਜਿਹੜੇ ਬਾਹਰਲੇ ਬੰਦੇ ਬਾਹਰ ਵੀ ਡਾਉਂਦੇ ਫਿਰ? ਬਾਹਰ ਤਾਂ ਬਾਜ਼ੀਆਂ ਛੱਡਦੇ ਜੀ, ਇੱਥੋਂ ਆ ਮੁੰਡਾ ਸਰਾਵਾਂ ਦਾ, ਮੈਥੋਂ ਆਂਡੇ ਲਗਿਆ ਸੀ। ਅੱਛਾ, ਤੇ ਉੱਥੇ ਜਾ ਕੇ ਬੱਚੇ ਕਢਾਏ ਉਹਨੇ, ਆਂਡੇ ਵੀ ਲੈ ਜਾਂਦੇ? ਆਂਡੇ ਲੈ ਜਾਂਦੇ ਜੀ, ਬਾਹਰ ਆਇਆ ਕਾ ਸਰਾਵਾਂ ਕਾਲੂ ਕਰਨ ਲਈ ਆਇਆ ਸੀ ਬਾਜੀ ਦੇ ਮਿਲਣ। ਅੱਛਾ, ਉਹ ਬਾਜੀਆਂ ਹੀ ਤੁਰਿਆ ਫਿਰਦਾ, ਬਾਹਰੋਂ ਆਇਆ ਘਰੇ, ਹਜੇ ਨੀ ਗਿਆ। ਅੱਛਾ, ਹੁਣ ਉਹਦੇ ਨਾਲ ਹੀ ਸੰਗਤ ਉੱਠ ਗਿਆ, ਸੰਗਤ ਦਾ ਮੁੰਡੇ ਦਾ ਗੇਟ ਹੈ, ਉਹਦੇ ਨਾਲ ਹੀ ਸਵੇਰੇ ਆਊਗਾ ਬੀਦੋਵਾਲ। ਅੱਛਾ ਅੱਛਾ, ਬੀਦੋਵਾਲ ਤੋਂ ਫਿਰ ਉਹ ਘਰੇ ਦਾ ਕੱਟ ਹੀ ਰਿਹਾ ਜਿੱਦਾਂ ਆਇਆ। ਅੱਛਾ, ਬਾਜੀਆਂ ਦੇ ਤੁਰਿਆ, ਉਹਦੇ ਐਂਟਰੀਆਂ ਭਰੀਆਂ ਬਾਹਰ
ਤੇ ਅੱਜ ਦੇ ਟਾਈਮ ਚ ਹੁਣ ਮੰਨ ਲਓ ਜਿਵੇਂ ਪਹਿਲਾਂ ਤੁਹਾਡਾ ਅੱਜ ਵੀ ਨਾਮ ਪਹਿਲਾਂ ਵੀ ਨਾਮ, ਅੱਜ ਹੋਰ ਕੋੜਾ ਕਿਹੜਾ ਬੰਦਾ ਜਾਣਿਆ ਜਾਂਦਾ ਆਪਣੇ ਪੰਜਾਬ ਤੋਂ ਜਾਂ ਹਰਿਆਣੇ ਤੋਂ ਵੀ ਮਤਲਬ ਕਿੱਥੋਂ ਤੱਕ ਜਾਂਦੇ ਆ, ਰਾਜਸਥਾਨ ਤੱਕ ਵੀ ਜਾਂਦੇ ਆ ਸਾਰੇ ਕਬੂਤਰਾਂ ਦੇ? ਹਾਂਜੀ ਹਾਂਜੀ, ਅੱਜ ਹੁਣ ਚੱਕ ਬਾਦਲ ਸੀ ਕੋਲ ਰਾਜਸਥਾਨ ਛੱਡੀ ਸੀ ਲੋਕਾਂ ਨੇ, ਅੱਛਾ ਬਹੁਤ ਦੂਰ ਤਾਂ ਹੀ ਜਾਂਦੇ ਆ ਉੱਤਰ ਪ੍ਰਦੇਸ਼ ਚ ਯੂਪੀ ਆਪੀ, ਉਧਰ ਵੀ ਜਾਂਦੇ ਕੇ ਬਸ ਇਧਰ ਜੋ ਪਿੰਡ ਛੋਟਾ ਹੀ ਚੱਕ ਬਾਦਲ ਅੱਧੇ ਕਿ ਦੂਜੇ ਹਾਕਮਾਬਾਦ ਜਾ ਵੜੇ, ਅੱਛਾ ਅੱਛਾ ਉੱਥੇ ਫਿਰ ਉਹਨਾਂ ਨੇ ਉੱਥੇ ਬਾਜੀ ਰੱਖ ਲਈ ਜਿਹੜੇ ਉੱਥੇ ਜਾ ਵੜੇ, ਉੱਥੇ ਰੌਲ ਗੰਗਾ ਜਿੱਤਿਆ ਇੱਕ, ਦੜੀ ਵਾਲਾ ਤੀਜਾ ਜਿੱਤਿਆ ਸੀ। ਠੀਕ ਹੈ, ਤੇ ਕਬੂਤਰ ਜਿਹੜੇ ਹੈਗੇ ਆਪਣੇ ਇਹ ਬਸ ਬਾਜੀਆਂ ਦੇ ਕੰਮ ਵੀ ਆਉਂਦੇ ਕਿ ਹੋਰ ਵੀ ਕੋਈ ਮਤਲਬ ਕਹਿ ਦਿੰਦੇ ਵੀ ਕਬੂਤਰ ਦਾ ਅਗਲੇ ਕੋਈ ਕੋਈ ਮੀਟ ਬਣਾ ਕੇ ਖਾਂਦੇ? ਇਹ ਸਹੀ ਨਹੀਂ ਜਿੰਨੇ ਇਹਨਾਂ ਇੱਡੇ ਭੋਲੇ ਜਾਨਵਰ ਨੂੰ ਮੀਟ ਮੂਟ ਨਹੀਂ ਖਾਂਦੇ ਜੀ, ਇਹਦਾ ਭੋਲੇ ਜਾਨਵਰ। ਚਲੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਹਨਾ, ਠੀਕ ਹੈ ਸਾਡੀ ਦਰਸ਼ਕਾਂ ਦਾ ਹਿੱਸਾ ਬਣੇ ਤੇ ਸਾਨੂੰ ਆਸ਼ੀਰਵਾਦ ਦਿਓ। ਠੀਕ ਹੈ ਜੀ, ਠੀਕ ਹੈ ਮਹਾਰਾਜ ਭਾਈ ਰੱਖੇ ਤੁਸੀਂ ਚਾਹ ਵਾਹੇ ਦੇ ਜੜਦੀ ਗਲਾ ਰੱਖੇ।